नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। जीरा के गांव बैग पछाड़िया में एक सब्जी विक्रेता का दिन दिहाड़ी हुआ कत्ल, पुलिस जांच में जुटी। महाराष्ट्र के बांद्रा में हुई बाबा सिद्दीकी की कत्लकांड के तार जुड़े जालंधर के नजदीकी गांव शंकर से। शंकर निवासी जिशान अख्तर ने हमलावरों को दी थी पन्ना। पंचायती चुनावों को लेकर अमृतसर जिला प्रशासन ने किए पुख्ता प्रबंध। ड्यूटी अधिकारियों को जरूरी सामग्री देकर मतदान केंद्रों की तरफ किया रवाना। और अब हलचल विस्तार से। जीरा के नेशनल हाईवे नंबर 54 पर स्थित गांव बैग पछाड़िया के नजदीक सड़क पर सब्जी की फड़ी लगाकर बैठे दुकानदार का कुछ अज्ञात व्यक्तियों द्वारा आंखों में मिट्टी डालकर तेजधार हथियारों से हमला कर उसका कत्ल कर दिया गया। इस संबंध में जानकारी देते हुए मृतक हाकम सिंह के भाई और बेटे ने बताया कि उसका पिता जीरा के गांव बैग पछाड़िया में सब्जी की फड़ी लगाकर सब्जियां बेचता है। गत साय लगभग 4 बजे वे अपनी फड़ी के ऊपर बैठा था तो कुछ अज्ञात व्यक्ति वहां पर आए और उसकी आंखों में मिर्ची डाल दी, जिसके बाद उसके ऊपर तेजधार हथियारों से हमला कर दिया। उन्होंने बताया कि उसका पिता हमलावरों से अपनी जान बचाने के लिए अपने घर की तरफ भागा, लेकिन रास्ते में वह गिर गया जिस कारण उसकी मौत हो गई। तो वहीं पीड़ित परिवार ने पुलिस प्रशासन से हमला करने वालों के खिलाफ सख्त कार्रवाई की मांग की है। वहीं सिविल अस्पताल जीरा में तैनात डॉक्टर ने बताया कि कुछ पुलिस कर्मचारी साई 6:30 बजे के करीब एक व्यक्ति को जख्मी हालत में अस्पताल लेकर आए थे। जब उसकी जांच की गई तो उसकी मौत हो चुकी थी। जीरा से हलचल के लिए सतीश विच की रिपोर्ट। जी डैडी जी, ये नाम मेरा पूर सिंह, पिंड बैग पछाड़ी। इन्हों का की नाम? हाकम सिंह जी, डैडी मेरा। ਕੀ ਕੰਮ ਕਰਦੇ ਸੀ? ਇਹ ਸਬਜ਼ੀ ਦਾ ਕੰਮ ਕਰਦੇ ਸੀ ਰੋਡ ਦੇ ਉੱਪਰ। ਇਹ ਹਾਦਸਾ ਜਿਹੜਾ ਹੋਇਆ ਕੀ ਹੋਇਆ? ਅਤੇ ਇਹ ਕੋਈ ਅਣਪਛਾਤੇ ਵਿਅਕਤੀ ਆਏ ਆ, ਉਹ ਸੱਟਾਂ ਮਾਰ ਕੇ ਗਏ ਜੀ ਨੂੰ। ਅੱਖਾਂ 'ਤੇ ਸੱਟਾਂ ਵੱਜੀਆਂ, ਮੂੰਹ ਸਾਰਾ ਵੱਢਿਆ ਪਿਆ ਜੀ। ਉਹਨਾਂ ਨੇ ਸਬਜ਼ੀ ਵੇਚਦੇ ਹੁੰਦੇ ਸੀ ਅਤੇ ਉਹਨੇ ਅੱਖਾਂ 'ਚ ਮਿਰਚਾਂ ਪਾ ਕੇ ਪਹਿਲਾਂ ਫਿਰ ਉਹਨਾਂ ਦੇ ਵਾਰ ਕੀਤੇ ਗਏ ਜੀ। ਅਤੇ ਇਸ ਤਰ੍ਹਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ। ਅਸੀਂ ਨਾ ਜੀਰਾ ਹੋਸਪਿਟਲ ਲੈ ਕੇ ਆਏ ਹਾਂ ਜੀ। ਠੀਕ ਹੈ, ਹਾਂਜੀ। ਅਤੇ ਕੋਈ ਪੈਸਿਆਂ ਦੀ ਕੋਈ ਲੁੱਟ ਖੋਹ ਹੋਈ ਹੈ ਕੀ ਲੱਗਦਾ? ਨਹੀਂ ਜੀ, ਪੈਸਿਆਂ ਦੀ ਕੋਈ ਲੁੱਟ ਖੋਹ ਨਹੀਂ, ਨਾ ਕੋਈ ਮੋਬਾਈਲ ਖੋਇਆ ਵਾ। ਠੀਕ ਹੈ, ਹਾਂਜੀ। ਸੱਟਾਂ ਹੀ ਮਾਰੀਆਂ ਵੀ ਜੀ। ਨਾ ਜੀ, ਇਹ ਸਬਜ਼ੀ ਦਾ ਕੰਮ ਕਰਦਾ, ਰੋਡ 'ਤੇ ਸਬਜ਼ੀ ਲਾਈ ਜੀ। ਕੋਈ 4 ਵਜੇ ਦਾ ਟਾਈਮ ਹੈ ਜੀ, ਕੋਈ ਵਰਤੀ ਅਸੀਂ ਆਏ ਆ, ਇਹਨੂੰ ਵੱਢ ਕੇ ਸੁੱਟ ਕੇ ਚਲੇ ਗਏ। ਤੁਹਾਡਾ? ਇਹ ਮੇਰਾ ਭਰਾ ਜੀ, ਇਹ ਜੀ ਹਾਕਮ ਸਿੰਘ ਜੀ, ਜਿਹੜਾ ਸਬਜ਼ੀ ਦਾ ਕੰਮ ਕਰਦਾ ਜੀ। ਅਤੇ ਇਹਦਾ ਕੋਈ 4 ਵਜੇ ਦੀ ਘਟਨਾ ਬਣੀ ਹੈ ਜੀ, ਕੋਈ ਬਾਹਰ ਤੋਂ ਵਰਤੀ ਆਈ ਹੈ, ਇਹਨੂੰ ਵੱਢ ਕੇ ਸੁੱਟ ਗਿਆ ਜੀ। ਸਾਨੂੰ ਕੋਈ ਪਤਾ ਲੱਗਾ ਵੀ ਕਿੰਨੇ ਵੱਡਿਆ ਕਿੰਨੇ ਨਹੀਂ ਵੱਡਿਆ, ਸਾਨੂੰ ਕੋਈ ਇਸ ਤਰ੍ਹਾਂ। ਕੀ ਮੰਗ ਕਰਦੇ ਹੋ? ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿਵਾ ਜਾਵੇ, ਗਰੀਬ ਬੰਦੇ ਅਸੀਂ, ਦਿਹਾੜੀ ਦਾ ਪਾ ਕਰਦੇ ਹਾਂ। ਅੱਜ ਸ਼ਾਮੀ 6:30 ਵਜੇ ਦੇ ਕਰੀਬ ਪੁਲਿਸ ਪਾਰਟੀ ਸਾਡੇ ਕੋਲ ਇੱਕ ਪੇਸ਼ੈਂਟ ਲੈ ਕੇ ਆਏ ਜਿਹੜਾ ਕਿ ਬਰੋਡ ਡੈਡ ਦੀ ਕੰਡੀਸ਼ਨ 'ਚ ਸੀਗਾ। ਪੇਸ਼ੈਂਟ ਦਾ ਨਾਮ ਹਾਕਮ ਸਿੰਘ, ਸਾਨੂੰ ਫਰਜਨ ਸਿੰਘ, 75 ਸਾਲ ਮੇਲ ਸੀਗਾ, ਬੈਕ ਪਛਾੜੀਆਂ ਜਿਹੜਾ ਉਹਨਾਂ ਦਾ ਪਿੰਡ ਦੱਸਿਆ ਜਾ ਰਿਹਾ ਵਾ, ਉਹ ਲੈ ਕੇ ਆਏ। ਜਦੋਂ ਲੈ ਕੇ ਆਏ ਉਹਨਾਂ ਨੂੰ ਚੈੱਕ ਕੀਤਾ ਗਿਆ ਤਾਂ ਪੇਸ਼ੈਂਟ ਮਰ ਚੁੱਕਾ ਸੀਗਾ, ਮਰਿਆ ਹੋਏ ਪੇਸ਼ੈਂਟ ਲੈ ਕੇ ਆਏ ਸੀ। ਉਹਨਾਂ ਨੂੰ ਇੱਥੇ ਰੱਖ ਕੇ ਉਹਨਾਂ ਨੂੰ ਮੋਰਚਰੀ, ਪੇਸ਼ੈਂਟ ਦੀ ਜਿਹੜੀ ਲਾਸ਼ ਸੀਗੀ ਉਹਨਾਂ ਨੂੰ ਮੋਰਚਰੀ ਸ਼ਿਫਟ ਕਰ ਦਿੱਤਾ ਗਿਆ ਵਾ ਅਤੇ ਬਣਦੀ ਕਾਰਵਾਈ ਸਵੇਰੇ ਕੀਤੀ ਗਈ। ਮਹਾਰਾਸ਼ਟਰ ਕੇ ਬਾਂਦਰਾ ਮੇ ਹੋਏ ਬਾਬਾ ਸਿੱਦੀਕੀ ਕਤਲਕਾਂਡ ਮੇ ਜਲੰਧਰ ਕੇ ਨਜ਼ਦੀਕੀ ਗਾਂਵ ਸ਼ੰਕਰ ਕੇ ਨੌਜਵਾਨ ਜਿਸ਼ਵਨ ਅਖਤਰ ਕਾ ਨਾਮ ਸਾਹਮਣੇ ਆਇਆ ਹੈ। ਇਸ ਦੌਰਾਨ ਥਾਣਾ ਸ਼ੰਕਰ ਕੇ SHO ਲਵਲੀਨ ਕੁਮਾਰ ਨੇ ਬਤਾਇਆ ਕਿ ਆਰੋਪੀ ਕੇ ਖਿਲਾਫ ਪਹਿਲੇ ਹੀ ਅਲੱਗ ਅਲੱਗ ਥਾਣੋਂ ਮੇ 9 ਮਾਮਲੇ ਦਰਜ ਹੈ। ਉਹਨਾਂ ਨੇ ਬਤਾਇਆ ਕਿ ਇੱਕ ਮਾਮਲੇ ਮੇ ਜੇਲ ਜਾਣੇ ਕੇ ਬਾਅਦ ਵਹਿ ਜ਼ਮਾਨਤ ਪਰ ਆਇਆ ਹੈ, ਲੇਕਿਨ ਇਸ ਦੌਰਾਨ ਇੱਕ ਵਾਰ ਵੀ ਵਹਿ ਗਾਂਵ ਮੇ ਨਹੀਂ ਆਇਆ। ਗੌਰਤਲਬ ਰਹੇ ਕਿ ਗਤ ਦਿਨੋਂ ਸਲਮਾਨ ਖਾਨ ਕੇ ਨਜ਼ਦੀਕੀ ਦੋਸਤ ਏਵਮ ਰਾਜਨੀਤਿਕ ਨੇਤਾ ਬਾਬਾ ਸਿੱਦੀਕੀ ਕੀ ਕੁਛ ਵਿਅਕਤੀਓ ਦੁਆਰਾ ਹੱਤਿਆ ਕਰ ਦੀ ਗਈ, ਜਿਸ ਮੇ ਗਾਂਵ ਸ਼ੰਕਰ ਕਾ ਜੀ ਨੌਜਵਾਨ ਵੀ ਬਤਾਇਆ ਜਾ ਰਿਹਾ ਹੈ। ਅੰਮ੍ਰਿਤਸਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਨੀਲ ਖੋਸਲਾ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਜੀ, ਮੈਂ ਲਵਲੀਨ ਸਬ ਇੰਸਪੈਕਟਰ ਚੌਂਕ ਇੰਚਾਰਜ ਸ਼ੰਕਰ ਲੱਗਾ ਹੋਇਆ। ਜਿਸ ਤੁਸੀਂ ਮੁਹੰਮਦ ਯਾਸੀਨ ਬਾਰੇ ਪੁੱਛੇ ਹੈਗੇ ਜੀ, ਇਹਦੇ ਬਾਪ ਦਾ ਨਾਂ ਹੈਗਾ ਮੁਹੰਮਦ ਅਖਤਰ। ਇਹ ਗੁਜਰਾਤੀ ਮੁਹੱਲਾ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈਗਾ। ਇਸ ਦੇ ਖਿਲਾਫ
ਵੱਖ ਵੱਖ ਥਾਣਿਆਂ ਵਿੱਚ ਜਿਹੜੇ 9 ਮੁਕਦਮੇ ਦਰਜ ਹੈਗੇ ਨੇ ਜੀ। ਅਤੇ ਇਹ ਜਿਹੜਾ ਇੱਥੇ ਗੱਲ ਇੱਕ ਸਟੋਰੀ ਦੇ ਵਿੱਚ ਆਇਆ ਕਿ ਇਹਦੇ ਬਾਪ ਦੇ ਨਾਲ ਕੋਈ ਕੰਮ ਸਿੱਖਦਾ ਸੀਗਾ ਮੁੰਡਾ, ਅਤੇ ਕਿਸੇ ਕਾਰਨ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਸੀ, ਅਤੇ ਜਿਹਦੇ ਤੋਂ ਖਾਰ ਖਾ ਕੇ ਇਹ ਜਿਹੜਾ ਕ੍ਰਿਮੀਨਲ ਲਾਈਨ ਦੇ ਵਿੱਚ ਆਇਆ। ਹਾਂ, ਇਸ ਪਿੰਡ ਵਿੱਚ ਪਾਰਟੀਬਾਜ਼ੀ ਹੈਗੀ ਹੈ, ਪਿੰਡ ਦੀ ਪਾਰਟੀਬਾਜ਼ੀ ਵਿੱਚ ਇਹਨਾਂ ਦੇ ਇੱਕ ਦੂਜੇ ਦੇ ਖਿਲਾਫ ਦੋਨਾਂ ਧਿਰਾਂ ਦੇ ਮੁਕੱਦਮੇ ਦਰਜ ਹੋਏ ਆ। ਉਸ ਤੋਂ ਬਾਅਦ ਵਿੱਚ ਇਹ ਬੰਦਾ ਜੇਲ੍ਹ ਚਲ ਗਿਆ ਸੀਗਾ, ਇਹਨੂੰ ਜੇਲ੍ਹ ਗਏ ਨੂੰ ਕਰੀਬ 1.5 ਤੋਂ 2 ਸਾਲ ਹੋ ਗਿਆ ਹੈਗਾ। ਉਸ ਤੋਂ ਬਾਅਦ ਮੁੜ ਕੇ ਜਮਾਨਤ ਆ, ਉਸ ਤੋਂ ਬਾਅਦ ਦੁਬਾਰਾ ਕਦੀ ਪਿੰਡ ਵੇਖਿਆ ਨਹੀਂ ਗਿਆ, ਨਾ ਹੀ ਕਦੀ ਪਿੰਡ ਆਇਆ ਹੈਗਾ ਜੀ। ਅਤੇ ਸਰ ਇਹਦੀ ਜਿਹੜੀ ਬਾਕੀ ਫੈਮਿਲੀ ਆ ਉਹ ਸ਼ੰਕਰ ਵਿੱਚ ਰਹਿ ਰਹੀ? ਬਾਕੀ ਫੈਮਿਲੀ ਦੇ ਫਾਦਰ ਸਾਹਿਬ, ਇੱਕ ਭਰਾ ਹੈਗਾ ਇਹਦਾ ਅਤੇ ਇੱਕ ਇਹ ਸੀਗਾ, ਤਿੰਨ ਮੈਂਬਰ ਹੈਗੇ ਨੇ ਇਹ, ਪਰ ਇਸ ਵੇਲੇ ਘਰ ਨੂੰ ਤਾਲੇ ਲੱਗੇ ਹੋਏ ਆ, ਇਸ ਵੇਲੇ ਪਿੰਡ ਵਿੱਚ ਕੋਈ ਬੰਦਾ ਨਹੀਂ ਰਹਿ ਰਿਹਾ ਹੈਗਾ ਜੀ। ਠੀਕ ਹੈ ਜੀ, ਅਤੇ ਹੋਰ ਇਹਦੇ ਬਾਰੇ ਕੀ ਜਾਣਕਾਰੀ ਹੈ ਜੀ? ਜਦੋਂ ਜੇਲ੍ਹ ਵਿੱਚੋਂ ਛੁੱਟਿਆ ਉਸ ਤੋਂ ਬਾਅਦ ਇਹ ਪਿੰਡ ਆਇਆ ਜਾਂ ਨਹੀਂ? ਜਦੋਂ ਦਾ ਇਹ ਜੇਲ੍ਹ ਤੋਂ ਜਮਾਨਤ ਹੋਈ ਆ, ਕਦੇ ਵੀ ਤਾਂ ਪਿੰਡ ਵਿੱਚ ਨਹੀਂ ਵੇਖਿਆ ਗਿਆ ਜੀ। ਹਾਂਜੀ, ਅਤੇ ਜਿਹੜੇ 9 ਮੁਕੱਦਮੇ ਨੇ ਵੱਖ ਵੱਖ ਦਰਜ ਹੋਏ ਨੇ, ਉਹਨਾਂ ਦੇ ਵਿੱਚ ਜਿਹੜੇ ਕਤਲ ਦੇ ਕੇਸ ਕਿੰਨੇ ਆ ਜੀ? ਉਹਨਾਂ 'ਚ 302 ਦਾ ਇੱਕ ਮੁਕੱਦਮਾ ਹੈਗਾ ਜੀ, ਬਾਕੀ 379B ਦੇ ਮੁਕੱਦਮੇ ਹੈਗੇ ਆ, ਅਤੇ 382 ਦੇ ਮੁਕੱਦਮੇ ਵੀ ਹੈਗੇ ਆ, 386 IPC ਦੇ ਮੁਕੱਦਮੇ ਵੀ ਹੈਗੇ ਆ। 15 ਅਕਤੂਬਰ ਕੋ ਪੰਜਾਬ ਵੀ ਹੋਣੇ ਜਾ ਰਹੇ ਗ੍ਰਾਮ ਪੰਚਾਇਤ ਚੁਣਾਵਾਂ ਕੋ ਲੇਕਰ ਪ੍ਰਸ਼ਾਸਨ ਦੁਆਰਾ ਪੁਖਤਾ ਪ੍ਰਬੰਧ ਕੀਏ ਗਏ ਹੈ, ਜਿਸ ਕੇ ਚਲਦੇ ਅੰਮ੍ਰਿਤਸਰ ਕੀ ਅੱਜ ਨਾਲਾ ਸਥਿਤ ਸਰਕਾਰੀ ਡਿਗਰੀ ਕਾਲਜ ਵਿੱਚ ਪ੍ਰਸ਼ਾਸਨ ਦੁਆਰਾ ਡਿਊਟੀ ਅਧਿਕਾਰੀਆਂ ਕੋ ਪੋਲਿੰਗ ਬੂਥੋਂ ਕੇ ਲਈ ਜ਼ਰੂਰੀ ਸਮੱਗਰੀ ਉਪਲਬਧ ਕਰਵਾਈ ਗਈ ਔਰ ਉਨ੍ਹੇ ਪੋਲਿੰਗ ਸਟੇਸ਼ਨੋਂ ਕੇ ਲੀਏ ਰਵਾਨਾ ਕੀਆ ਗਿਆ। ਇਸ ਮੌਕੇ ਪਰ ਬਾਤਚੀਤ ਕਰਦੇ ਹੋਏ ਪੋਲਿੰਗ ਅਧਿਕਾਰੀ ਨੇ ਕਿਹਾ ਕਿ ਉਹਨੇ ਬਹੁਤ ਹੀ ਖੁਸ਼ੀ ਹੈ ਕਿ ਵੇ ਡਿਊਟੀ ਕੇ ਲੀਏ ਜਾ ਰਹੇ ਨੇ ਔਰ ਉਨ੍ਹੇ ਆਸ਼ਾ ਹੈ ਕਿ ਵੇ ਅੱਛੇ ਢੰਗ ਸੇ ਇਨ ਚੁਣਾਵੋਂ ਕੋ ਕਰਵਾਏਂਗੇ। ਤੋ ਵਹੀ ਇਸ ਮੌਕੇ ਪਰ DSP ਚੁਣਾਲਾ ਗੁਰਿੰਦਰ ਸਿੰਘ ਨੇ ਕਿਹਾ ਕਿ ਚੁਣਾਵੋਂ ਕੇ ਮੱਦੇਨਜ਼ਰ ਪੁਲਿਸ ਦੁਆਰਾ ਪੁਖਤਾ ਪ੍ਰਬੰਧ ਕੀਏ ਗਏ ਹੈ ਔਰ ਸੈਂਸਿਟਿਵ ਔਰ ਹਾਈ ਪ੍ਰੋਸੈਸਿਵ ਗਾਵੋਂ ਵੀ ਵਿਸ਼ੇਸ਼ ਤੈਨਾਤੀ ਕੀ ਗਈ ਹੈ। ਉਨ੍ਹਾਂ ਲੋਕੋਂ ਸੇ ਅਪੀਲ ਕੀ ਕਿ ਵੇ ਬਿਨਾਂ ਕਿਸੇ ਡਰ ਕੇ ਆਪਣੇ ਮਤ ਕਾ ਪ੍ਰਯੋਗ ਕਰੇ। ਅੰਮ੍ਰਿਤਸਰ ਦੀ ਹਲਚਲ ਕਰੀ ਸੁਨੀਲ ਖੋਸਲਾ ਕੀ ਰਿਪੋਰਟ। ਵੇਖੋ ਜੀ, ਪ੍ਰਬੰਧ ਲਗਭਗ ਠੀਕ ਹੀ ਆ, ਉੱਤੇ ਮਬੂਦਾ ਕਹਿ ਨਹੀਂ ਸਕਦਾ, ਬਾਕੀ ਉਤਸ਼ਾਹ ਬਹੁਤ ਆ ਸਟਾਫ ਦੇ ਵਿੱਚ, ਸਟਾਫ ਸਾਰਾ ਖੁਸ਼ ਆ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆ, ਅਸੀਂ ਖੁਸ਼ੀ ਖੁਸ਼ੀ ਜਿਹੜਾ ਵਾ ਇਹ ਕਾਰਜ ਨੇਪੇ ਚਾੜ੍ਹ ਕੇ ਆਵਾਂਗੇ। ਨਹੀਂ, ਸਾਡੇ ਮਨ 'ਚ ਕੋਈ ਨਹੀਂ ਜੀ, ਮੇਰੀ 1999 ਤੋਂ ਲੈ ਕੇ ਇਲੈਕਸ਼ਨ ਦੇ ਵਿੱਚ ਡਿਊਟੀ ਲੱਗਦੀ ਆ ਰਹੀ ਆ, ਕਦੇ ਇਹ ਪ੍ਰੋਬਲਮ ਨਹੀਂ ਆਈ। ਅਸੀਂ ਆਪਣੇ ਵੀ ਸਾਡਾ ਆਪਣਾ ਤਜਰਬਾ ਵੀ ਆ ਕਿ ਜੇ ਕਿਤੇ ਕੋਈ ਗਰਮ ਹੋ ਕੇ ਉਹ ਵੀ ਜਾਂਦਾ, ਆਪਾਂ ਆਪਣੇ ਤਰੀਕੇ ਨਾਲ ਉਹਨੂੰ ਪਿਆਰ ਨਾਲ ਸਮਝਾ ਕੇ ਜਿਹੜੀ ਵੋਟਿੰਗ ਨੂੰ ਉਹਨੂੰ ਨਿਪੇ ਕਰ ਲਿਆ। ਸਰ, ਸਾਡੀ ਅੱਗੇ ਵੀ ਡਿਊਟੀ ਲੱਗਦੀ ਰਹੀ ਆ, ਬਹੁਤ ਵਧੀਆ ਅਸੀਂ ਡਿਊਟੀ ਭੁਗਤਾ ਕੇ ਦਿੰਦੇ ਰਹੇ ਹਾਂ ਅਤੇ ਇਸ ਵਾਰੀ ਵੀ ਸਾਨੂੰ ਹੈਗਾ ਕਿ ਅਸੀਂ ਬਹੁਤ ਵਧੀਆ ਡਿਊਟੀ ਲਗਾਵਾਂਗੇ। ਹਾਂਜੀ, ਸਾਡੇ ਜਿਹੜੇ ਪ੍ਰਜੈਂਟਿੰਗ ਅਫਸਰ ਆ ਉਹ ਬਹੁਤ ਨਾਲ ਨਾਈਸ ਆ ਅਤੇ ਅਸੀਂ ਬਹੁਤ ਵਧੀਆ ਕੰਮ ਕਰਕੇ ਆਵਾਂਗੇ। ਹਾਂਜੀ ਸਰ, ਖੁਸ਼ ਹਾਂ, ਥੋੜ੍ਹਾ ਇੰਨਾ ਫਸਟ ਐਕਸਪੀਰੀਅੰਸ ਆ, ਥੋੜ੍ਹਾ ਇੰਨਾ ਡਰ ਵੀ ਲੱਗਦਾ ਵਾ, ਪਰ ਸਰ ਸਾਡੇ ਪ੍ਰਜਾਈਡਿੰਗ ਸਰ ਕਾਫੀ ਸਪੋਰਟਿਵ ਨੇ, ਬਾਕੀ ਅਸੀਂ ਵੇਖਦੇ ਹਾਂ ਕਿਸ ਤਰ੍ਹਾਂ। ਹਾਂਜੀ, ਬਹੁਤ ਵਧੀਆ ਰਿਸਪੋਂਸ, ਇੱਥੇ ਬੜਾ ਵਧੀਆ ਹੈ, ਅਸੀਂ ਉਮੀਦ ਕਰਦੇ ਹਾਂ ਕਿ ਵੋਟਾਂ ਉੱਥੇ ਅਸੀਂ ਵਧੀਆ ਤਰੀਕੇ ਨਾਲ ਕਰਕੇ ਆਵਾਂਗੇ। ਅੱਜ ਸਰਕਾਰੀ ਕਾਲਜ ਅਜਨਾਲਾ ਦੇ ਵਿੱਚ ਪੰਚ ਅਤੇ ਸਰਪੰਚ ਚੁਣਨ ਵਾਸਤੇ ਜਿਹੜੀ ਆ ਇਲੈਕਸ਼ਨ ਜਿਹੜੀ ਕੱਲ੍ਹ ਨੂੰ ਹੋ ਰਹੀ ਆ, ਉਹਦੇ ਵਾਸਤੇ ਅਸੀਂ ਜਿਹੜਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜਿਹੜਾ ਅੱਜ ਡੱਬੇ ਜਿਹੜੇ ਵੰਡ ਰਹੇ ਨੇ। ਅਜਨਾਲਾ ਸਬ ਡਿਵੀਜ਼ਨ ਦੇ ਜਿਹੜੇ 3 ਥਾਣੇ ਨੇ, ਥਾਣਾ ਅਜਨਾਲਾ, ਥਾਣਾ ਰਮਦਾਸ ਅਤੇ ਝੰਡੇਰ, ਇਹਦੇ ਵਿੱਚ ਟੋਟਲ 134 ਪਿੰਡਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਆ। 60 ਦੇ ਕਰੀਬ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਸਰਬਸੰਮਤੀ ਹੋ ਚੁੱਕੀ ਆ ਅਤੇ ਪ੍ਰਸ਼ਾਸਨ ਵੱਲੋਂ ਸਿਕਿਉਰਿਟੀ ਦੇ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜੀ, ਅਤੇ ਜਿਹੜੀਆਂ ਵੋਟਾਂ ਨੇ ਉਹ ਅਮਨ ਅਮਾਨ ਨਾਲ ਅਤੇ ਬਿਨਾਂ ਕਿਸੇ ਡਰ ਭੈ ਦੇ ਪਵਾਈਆਂ ਜਾਣਗੀਆਂ। ਅਸੀਂ ਜੀ ਸੈਂਸਿਟਿਵ ਅਤੇ ਹਾਈਪਰ ਸੈਂਸਿਟਿਵ ਏਰੀਏ ਦੀ ਜਿਹੜੀ ਉਹ ਚੋਣ ਕੀਤੀ ਹੋਈ ਆ, ਸਾਡੇ ਕੋਲ 57 ਜਿਹੜੇ ਹਾਈਪਰ ਸੈਂਸਿਟਿਵ ਪਿੰਡ ਜਿਹੜੇ ਅਸੀਂ ਚੁਣੇ ਹੋਏ ਨੇ, ਉੱਥੇ ਅਸੀਂ ਨੋਰਮ ਮੁਤਾਬਕ ਜਿਹੜੀ ਆਪਣੀ ਸਿਕਿਉਰਿਟੀ ਲਾਈ ਹੋਈ ਆ ਅਤੇ ਸਾਰੇ ਲੋਕ ਅਮਨ ਮਾਨ ਨਾਲ ਆਪਣੀ ਜਿਹੜੀ ਆ ਵੋਟ ਦਾ ਅਧਿਕਾਰ ਜਿਹੜਾ ਉਹ ਕਰਨਗੇ ਜੀ। ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ? ਲੋਕਾਂ ਨੂੰ ਮੇਰੀ ਅਪੀਲ ਆ ਕਿ ਬਿਲਕੁਲ ਅਮਨ ਅਮਾਨ ਨਾਲ ਅਤੇ ਬਿਨਾਂ ਕਿਸੇ ਡਰ ਭੈ ਦੇ ਵੋਟਾਂ ਦੇ ਵਿੱਚ ਹਿੱਸਾ ਲੈਣ।
कन्या महाविद्यालय में इनोवेशन इन साइंस प्रस्यूट फॉर इंस्पायर रिसर्च कैंप का आयोजन किया गया। ये 5 दिवसीय कार्यक्रम विज्ञान और प्रौद्योगिकी विभाग भारत सरकार के नेतृत्व में आयोजित किया गया, जिसका उद्देश्य युवाओं को विज्ञान के अद्भुत दुनिया की ओर आकर्षित करना है। चंद्रमोहन अध्यक्ष वाले शिक्षा मंडल कार्यक्रम के मुख्य अतिथि थे। इस अवसर पर KMB प्रबंधन समिति की उपाध्यक्ष डॉक्टर सुषमा चावला, उपाध्यक्ष ध्रुव मित्तल, सदस्य डॉक्टर SP गुप्ता और डॉक्टर कमल गुप्ता भी उपस्थित रहे। इस कार्यक्रम में 15 से अधिक संस्थानों के 200 टॉपर्स ने उत्साही भागीदारी की। प्राचार्य प्रोफेसर डॉक्टर आतिमा शर्मा द्विवेदी ने प्रतिष्ठित अतिथि IISER मोहाली के वक्ता एवं पूर्व कुलपति पंजाबी विश्वविद्यालय पटियाला डॉक्टर अरविंद का स्वागत किया। प्रोफेसर अरविंद ने अपने संबोधन में विज्ञान के विभिन्न पहलुओं पर चर्चा की और विस्तार से बताया कि ये कैसे विकसित होता है। उन्होंने ये भी कहा कि विज्ञान तकनीक और आध्यात्मिकता से अलग है, और अंत में छात्रों के प्रश्नों के उत्तर भी दिए। दिन के समापन पर डॉक्टर नीतू वर्मा भौतिकी विभाग ने एक भौतिकी प्रयोगात्मक कार्यशाला का आयोजन किया। जालंधर से हलचल के लिए कैमरामैन सुदेश भगत के साथ कुश चावला की रिपोर्ट। मन के चलते असं भी मन के चलते हैं कि जिहड़ा जिहड़ी त्रिकोण उहदे जिहड़े तिन्ने कोण हुंदे आ उहनां दा जोड़ 180 डिग्री हुंदा है ना। सो पर उस तों बाद असीं बहुत सारियां थ्योरम प्रूव करते हैं। जिवें तुसीं इक थ्योरम तुसीं सामने जरूर सुनी होएगी, 90% तों उपर तुहाडे नंबर ने, तुसीं देखिए कि जे मैं एक सर्कल ड्रॉ करा ते उहनूं अध चों कट दिया, ਉਹਦੇ ਵਿੱਚ ਜੇ ਕੋਈ ਤਿਕੋਣ ਬਣਾਈ ਜਾਏ ਤਾਂ ਉਹਦਾ ਉੱਪਰਲਾ ਐਂਗਲ ਕਿੰਨਾ ਹੁੰਦਾ? 90 ਡਿਗਰੀ। ਇਹ ਕੋਈ ਇਹਨੂੰ ਮੰਨ ਕੇ ਚੱਲਣ ਦੀ ਲੋੜ ਨਹੀਂ, ਇਹ ਸਾਬਤ ਕੀਤਾ ਜਾ ਸਕਦਾ। ਤੁਸੀਂ ਸਾਬਤ ਕਰਦੇ ਹੋ ਨਾ, ਇਹਦਾ ਪ੍ਰੂਫ ਹੈ, ਸਬੂਤ ਹੈ। ਇਸ ਤਰ੍ਹਾਂ ਤੁਸੀਂ ਬਹੁਤ ਸਾਰੀਆਂ ਹੋਰ ਜਿਉਮੈਟਰੀ 'ਚ ਥਿਊਰਮਾਂ ਪ੍ਰੂਫ ਕਰਦੇ ਹੋ, ਅਤੇ ਉਹਨਾਂ ਨੂੰ ਪ੍ਰੂਫ ਕਰਨ ਲਈ ਕੋਈ ਨਵੀਂ ਚੀਜ਼ ਮੰਨਣੀ ਨਹੀਂ ਪੈਂਦੀ। ਜਿਹੜੇ ਯੂਕਲੀਡੀਅਨ ਜਿਉਮੈਟਰੀ ਦੇ ਉਹਨਾਂ ਨੂੰ ਅਸੀਂ ਕਹਿੰਦੇ ਐਗਜ਼ਿਊਮਸ, ਜੋ ਅਸੀਂ ਪਹਿਲੇ ਮੰਨ ਲਈਆਂ ਚੀਜ਼ਾਂ, अपने कंज्यूमर की आवश्यकता के अनुसार टेक्नोलॉजी को लेकर आती है। LG कंपनी ने अपनी लेटेस्ट टेक्नोलॉजी अब वाले वाशर टावर को जालंधर के लोगों के लिए लॉन्च किया। जैसे कि अब आने वाले दिनों में सर्दियां शुरू होने वाली हैं, इन सर्दियों में होने वाली सबसे ज़्यादा दिक्कत कपड़ों का ना सूखना है। इस दिक्कत को दूर करने के लिए LG लेकर आया है अपना नया वाशर टावर, जो कि 1 घंटे से भी कम समय में आपके सारे कपड़ों को सुखा देगा। इस अवसर पर वाशर टावर को लॉन्च करने के लिए जालंधर ब्रांच के ब्रांच मैनेजर हिमांशु कुलानी, मार्केटिंग मैनेजर रमेश कुमार यादव, एरिया सेल्स मैनेजर अजीत लखनपाल और सरदार ट्रेनिंग कंपनी के मालिक रविंदर सिंह भाटिया व अतेंद्र पाल सिंह भी उपस्थित रहे। जालंधर से हलचल के लिए कैमरामैन जतिन राजपूत की रिपोर्ट। मैं हिमांशु कुलानी, ब्रांच मैनेजर LG इलेक्ट्रॉनिक्स इंडिया प्राइवेट लिमिटेड, जालंधर ब्रांच का ब्रांच मैनेजर। आज हम यहां पर सरदार एंटरप्राइजेज पे, सरदार ट्रेडिंग पे, हम लोग हमारी ब्रांड शॉप पे जालंधर शहर की और जालंधर डिस्ट्रिक्ट की फर्स्ट ब्रांड शॉप पे जो लॉन्चिंग कर रहे हैं हमारे वॉश टावर की। ये जो हमारा वॉश टावर है, ये एक बहुत ही यूनिक प्रोडक्ट है। अकॉर्डिंग टू द टेक्नोलॉजी, दिस इज़ द लेटेस्ट इन इंडस्ट्री। अगर आप इसको प्रोडक्ट को अगर आप देखेंगे तो आप देखेंगे एक टावर की शेप में है, जो कि जो नीचे का पार्ट है इसका, दैट इज़ द वॉशर ओनली, और जो ऊपर का पार्ट है दैट इज़ द ड्रायर। तो दोनों वॉशिंग एंड ड्राइंग इसकी दोनों साइमल्टेनियसली चल सकते हैं। सपोज करो वॉशिंग खत्म होने के बाद आप उन्हीं कपड़ों को निकाल करके आप ऊपर ड्रायर में डालेंगे तो वो ड्रायर का काम करेगा। तो ये अपने आप में जो प्रोडक्ट है हमारा, वन ऑफ द बेस्ट इन द इंडस्ट्री है। 13 किलो का वॉशर है और 10 किलो का ड्रायर है ये। और अगर इसकी बात करते हैं, दिस टेक्नोलॉजी वाइज हम बात करेंगे तो ये AI आर्टिफिशियल इंटेलिजेंस के साथ डायरेक्ट ड्राइव मोटर है इसमें। और कस्टमर बेनिफिट से अगर मैं बात करूँ तो इसमें जो वॉश साइकिल है, लोएस्ट वॉश साइकिल जो है इसका वो 14 मिनट का वॉश साइकिल है, और ड्रायर का जो है वो 43 मिनट का ड्रायर है, ठीक है। और जो इसमें मेजर एडवांटेज है, जैसे मैंने इसको कहा, ये AI के साथ, टेक्नोलॉजी के साथ हमारी वॉशिंग मशीन है,
इसमें आपके जो कपड़ों के लिए बेस्ट चीज़ क्या है? कपड़े आपके जैसे भी आप धोते हैं, नॉर्मली हम ऑर्डिनरी वॉशर्स में देखते हैं, सेमी में या किसी में, कि कपड़ों का धीरे धीरे रंग फेड होना शुरू होता है। इसमें अगर आपने कोई आज फैब्रिक धोना शुरू करा है तो उसको सालों साल भी इसमें फैब्रिक के कलर का या टेक्सचर में कोई भी डिफरेंस आपका नहीं आएगा। आपके कपड़ों का फैब्रिक और टेक्सचर जो रहेगा, कलर टेक्सचर विल रिमेन सेम आफ्टर सो मेनी ईयर्स ऑल्सो। इट विल, आपको ऐसे ही लगेगा जब भी आप वॉश करके पहनेंगे कि नया ही कपड़ा पहन रहे हैं आप। तो मेरी सभी से, जलंधर वासियों से और जलंधर डिस्ट्रिक्ट के आसपास से जो भी ऑडियंस सुन रही है इस क्लिप को, मेरी एक रिक्वेस्ट है, दिवाली से पहले अगर आपने कोई भी इलेक्ट्रॉनिक सामान खरीदना है या कोई वॉशर खरीदना है तो एक बार ये वॉश टावर को ज़रूर हमारे आउटलेट पे आकर के विज़िट करके देखें। ये अपने आप में एक यूनिक एक्सपीरियंस होएगा आपका, और मैश ये एक अपने आप में क्लास वाला प्रोडक्ट है, ठीक है। तो दिस इज़ वन ऑफ द बेस्ट प्रोडक्ट, जैसे मैंने आपको ऑलरेडी कहा। अपार्ट फ्रॉम इसके बहुत सारी कैशबैक ऑफर्स हैं। हम लोग हर रोज़ एक LG जो दिवाली पे स्कीम निकाल रही है वो हम 51 करोड़ के गिफ्ट बांट रहे हैं डेली। एक कस्टमर को पूरा होम पैकेज निकलता है LG की तरफ से, जिसमें एक साइड बाय साइड जो आप देख रहे हैं वहाँ पर लगा हुआ है, साइड बाय साइड एक फुली ऑटोमेटिक वॉशिंग मशीन, एक OLED TV निकलता है उसको, एक AC मिलेगा उसमें उसको, एक वाटर प्यूरीफायर मिलेगा, एक माइक्रोवेव मिलेगा, फ्री मिलेगा। चाहे वो आपने एक टॉप लोड भी खरीदी हो मेरी, एक माइक्रोवेव भी खरीदा हो, कुछ भी खरीदा हो, उस पर ये स्कीम कस्टमर के लिए है। हिंदुस्तान में हर रोज़ एक कस्टमर को निकल रही है। मेरी ब्रांच में ऑलरेडी ये एक कस्टमर को निकल भी चुका है, ठीक है। तो मेरी रिक्वेस्ट है किसी से भी, अगर इस दिवाली पे अगर आपने अपने घर के लिए कोई भी इलेक्ट्रॉनिक्स प्रोडक्ट ख़रीदना है तो LG के स्टोर पर एक बार विज़िट ज़रूर करें टू नो एंटायर स्कीम्स और सारे फीचर्स। बेस्ट ऑफ बेस्ट फाइनेंस कैशबैक अवेलेबल है, फाइनेंस फैसिलिटीज़ अवेलेबल है। तो दोबारा मैं रिक्वेस्ट करूँगा सभी बायर्स से कि जो भी परचेज़ करना है इंडस्ट्री के साथ चलता हुआ प्रोडक्ट, जो इंडस्ट्री में टेक्नोलॉजी में ब्रांड नंबर वन है इलेक्ट्रॉनिक्स में, जो कि LG है, आप एक बार उस पर ज़रूर विज़िट करके देखें। और मैं एडवांस में भी ही सभी को, जो भी ऑडियंस सुन रही है उसको, मेरी तरफ से, LG की पूरी टीम की तरफ से दिवाली की बहुत बहुत शुभकामनाएं देना चाहूँगा। ये दिवाली LG वाली। सर प्राइस, थैंक यू सर। इसका जो प्राइस है, सॉरी, 150 के आसपास है सर। स्टार्टिंग रेट है इसका 150 स्टार्टिंग रेट है। इससे अप जाएगा कि लोग? अप ही जाएगा सर, डिमांड जैसे बढ़ेगी तो इसका प्राइसिंग अप जाएगा। ये जो प्राइस है ये सारे कैश बैक काट करके मैंने आपको प्राइस अनाउंस करा है। जो भी 150 का जो भी प्राइस रहेगा, दिस इज़ आफ्टर डिडक्टिंग कैश बैक एंड जो स्कीम्स हैं। सत श्री अकाल सारे नू, मेरा नाम अतेंद्र पाल सिंह, मैं ब्रांड शॉप सरदार ट्रेडिंग कंपनी तो साडा जिहड़ा शोरूम है, असी LG नाल एसोसीएट हाँ काफ़ी टाइम तो। असी हर वेले जो इंडस्ट्री के बेस्ट प्रोडक्ट्स है लैके आते रहने, जिमें कि अज असी लॉन्च की है वॉश टावर मशीन है, जिसे 13 किलो वॉशिंग कपैसिटी है, तो 10 किलो यदि 100% ड्रायर की कपैसिटी है। ये AI बेस्ड डायरेक्ट ड्राइव मोटर बेस्ड मशीन है, इंडस्ट्री में सब तो बेस्ट मशीन हैगी है। इस तो अलावा साढ़े को इससे बहुत सारिया ऑफरस चल रही हैं, जिमें कि कैशबैक चल रहा है, तो 13,500 रुपये तक का कैशबैक है। ये 0 डाउन पेमेंट से बजाज EMI की स्कीम चल रही है। उस तो अलावा जे आप गल करिए ऑल प्रोडक्ट्स की, ऑल प्रोडक्ट्स के उत्ते होर दिवाली की ऑफर चल रही हैं। तुम कोई भी जो दिवाली का प्रोडक्ट परचेज करना तो उस तो पहले एक बार साढ़े शोरूम से जरूर विजिट करो। साडा शोरूम है सरदार ट्रेडिंग कंपनी LG बेस्ट शॉप नियर वाल्मीकि गेट जलंधर। अमृतसर के थाना सी डिवीजन के बाहर आम आदमी पार्टी के नेता दलबीर सिंह गिल और उनके साथियों की ओर से देर रात धरना प्रदर्शन किया गया। उनका कहना था कि SHO का गनमैन पटाखे बेचने वाली गरीब व्यक्ति से 10,000 रुपयों की मांग कर रहा था। जब उसने पुलिस को 10,000 रुपये नहीं दिए तो पुलिस वाले उसे उसके घर से उठाकर थाना में ले आए और उसे हवालात में बंद कर दिया। जिसके बाद जो पीड़ित के घर वालों ने उन्हें फ़ोन कर सारी बात बताई तो वे मौके पर पहुंचे। इस दौरान उन्होंने SHO से बात की तो उसने कहा कि उक्त व्यक्ति नाजायज़ पटाखे बेच रहा है। उन्होंने कहा कि कई लोग पटाखे बेच रहे हैं और गुजरपुरा में सरेआम नशा बिक रहा है।
और SHO का ध्यान उस नशे की तरफ नहीं जा रहा और घर घर में पटाखे बन रहे हैं, इस तरफ भी उनका ध्यान नहीं जा रहा क्योंकि वहां से उसे पैसे मिल जाते हैं, जिसके चलते उन्होंने इसकी शिकायत SP को भी की है। उन्होंने कहा कि जब तक उनकी व्यक्ति को रिहा नहीं किया जाता तब तक वे धरना नहीं उठाएंगे। तो वहीं मौके पर पहुंचे DCP ऑर्डर आलम विजय सिंह ने मामले को शांत करवाया, जिसके बाद दोनों पक्षों की बात सुनकर उन्होंने कहा कि थोड़ी सी गलतफहमी होने के कारण ये सारी घटना हुई है, लेकिन अब मामले को शांत करवा दिया गया है। अमृतसर से हलचल के लिए सुनील खोसरा की रिपोर्ट। एक दिवाली फेस्टिवल चल रहा जिदे विच हलवाई बेचारे आपदा वधिया सारा समान बना के मंजे बाहर ला ला के समान बेचदे, ठीक है जी, आपदा समान बेचदे। असीं नहीं डट सकदे यार, दो चार दिन का फंक्शन होंदा, हुण कल दशहरा फंक्शन मनाया, किन्ना 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 लोकां दे इकट्ठ होए यार, असीं कहीं डट सकदे है? ये बंदा एदा कोई हरजिंदर सिंह SI जाके उत्थे 10,000 रुपए की डिमांड कर रहा है, बलविंदर सिंह रजिंदर सिंह कुछ भी है, ये SHO दा गनमैन। मैं SP दे ध्यान च लिया, मैं कमिश्नर साहब दे ध्यान च लिया, कहिंदे जी उन्हां दे घर पटाके, मैं कमिश्नर साहब तुसीं हुण चल पो, लो तुसीं मीडिया वाले, मैं तुहाडे नाल चलदा यार, गुजरपुरा तनगढ़ जिहदा मर्जी घर फोड़ लो, जे पटाके ना निकलगे तो मैनूं तलबीर सिंह ने। इन्हां बंदे नूं क्यों चुक्या गया? बस पैसे नहीं दिता 10,000 रुपए दे गनमैन नूं, और इहदा गनमैन उस कहिंदा तुसीं SP साहब दा फोन कराउंदा हुंदा ते परचा ना ते लद के गड्डी च ना थाणे लै आया यार, की इह च गनाह, कोई मेहनत करनी, ओह चिट्टा वेचंदा, चिट्टा वेचण वाला आ चल जाओ गुजरपुरा, लोग चीका मारेंगे सिर मऊंगा इतने, लोग चीका मार दे चिट्टे तो। भाजी किन्ने बंदे चुके गए घरों जी? तीन बंदे नु लाया चुके। मैं ते भाई मेरा सिद्धी जी गल है, मैं इहो जी गुंडागर्दी बर्दाश्त ना पहला कीती ही ना हुण करांगा ना मैं गांह करांगा, ਮੇਥੋਂ ਇਹ ਕੰਮ ਨਹੀਂ ਬਰਦਾਸ਼ਤ। ਇਹਨਾਂ ਦਾ ਸਮਾਨ ਚੁੱਕਿਆ ਗਿਆ ਘਰ ਦੇ ਵਿੱਚੋਂ ਉਹਨਾਂ ਦੇ, ਪਤਾ ਨਹੀਂ ਕੀ ਲਿਆ ਕੀ ਨਹੀਂ ਲਿਆ, ਇਹਨਾਂ ਨੂੰ ਪਤਾ ਹੋਊਗਾ। ਇਹੋ ਜਿਹਾ ਸਮਾਨ ਤਾਂ ਲੋਕਾਂ ਦੇ ਯਾਰ ਘਰਾਂ ਦੇ ਘਰ ਪਏ, ਲੋਕਾਂ ਨੇ 4 ਦਿਨ ਦਾ ਸੀਜ਼ਨ ਹੈ, ਹਰ ਬੰਦਾ ਪਟਾਕੇ ਵੇਚਦਾ, ਕਿਹੜਾ ਬੰਦਾ ਆਪਣੇ ਸ਼ਹਿਰ 'ਚ ਨਹੀਂ ਵੇਚਦਾ ਯਾਰ? ਆਪਾਂ ਕਿਸੇ ਨੂੰ ਕਿਰਤ ਕਰਨ ਤੋਂ ਵੀ ਮਨਾ ਕਰ ਦਾਂਗੇ ਹੁਣ। ਤਾਂ ਤੁਹਾਡੇ ਵੱਲੋਂ ਪਹਿਲਾਂ ਕਿਹਨਾਂ ਨੂੰ ਫੋਨ ਕੀਤਾ ਗਿਆ ਸੀ ਜਦੋਂ ਤੁਸੀਂ ਥਾਣੇ? ਮੈਂ ਇਹਨੂੰ SHO ਨੂੰ ਕੀਤਾ, ਫਿਰ ਵਿਸ਼ਾਲ ਜੀ ਦਾ SP ਨੂੰ ਕੀਤਾ, ਫਿਰ ਮੈਂ ਕਮਿਸ਼ਨਰ ਸਾਹਿਬ ਨੂੰ 2 ਵਾਰ ਕੀਤਾ, ਉਸ ਤੋਂ ਬਾਅਦ ਫਿਰ ਸਾਡੇ ਕੋਲ ਕੋਈ ਚਾਰਾ ਨਹੀਂ ਰਹਿ ਗਿਆ, ਫਿਰ ਭਰਾਵਾ ਦੇ ਧਰਨੇ ਦੇ ਬਹਿ ਗਏ, ਮਾਰ ਦੋ ਫਿਰ ਸਾਡੇ ਬੰਦੇ ਨੂੰ। ਇਹ ਅਸੀਂ ਕਹੇ ਜ਼ਰੂਰ ਨਹੀਂ ਥਾਣੇ ਦੇ ਬਾਹਰ ਬੈਠੇ ਜੀ, ਨਹੀਂ ਸਫਾਈ ਨਾ ਹੋਣ ਤੋਂ ਬਾਅਦ ਥਾਣੇ ਦੇ ਬਾਹਰ ਬੈਠੇ ਹੋ? ਫੇਰ ਹੀ ਬੈਠੇ ਆ, ਇਹ SHO ਡਿਕਟੇਟਰ SHO ਆ, ਇਹ ਗੰਗੈਸਟਰਾਂ ਨਾਲ ਰਲਿਆ, ਇਹ ਪੈਸੇ ਖਾਣ ਵਾਲਾ SHO, ਇਹ ਉਹਨਾਂ ਦੀਆਂ ਪਾਰਟੀਆਂ 'ਚ ਨੱਚਣ ਵਾਲਾ SHO, ਇਹਦੀ ਨੌਂ ਨਿਹਾਲ ਸਿੰਘ ਕਮਿਸ਼ਨਰ ਨੇ ਬਦਲੀ ਇੱਧਰ ਕਦੇ ਦੂਰ ਕਰਤੀ ਸੀ ਅੰਬਾਲੇ, ਇੱਧਰ ਪਤਾ ਨਹੀਂ ਕਿੱਧਰ ਕਰਤਾ ਸੀ ਇਹਨੂੰ ਆਪਣਾ ਬਠਿੰਡੇ ਲਈ, ਇਹ ਸ਼ਬਾਸ਼ਾ ਜ਼ਰੂਰ ਕਰਾ ਕੇ ਬਦਮਾਸ਼ੀ ਕਰਦਾ, ਇਹ ਗੱਲ ਮੁੱਕਦੀ ਆ। ਸਿਰਫ ਇੱਕ ਅਸੀਂ ਵੀ ਸਤਿਕਾਰ ਕਰਦੇ ਆ ਤੀਰਥ ਦਾ, ਵਾਲਮੀਕ ਤੀਰਥ ਦਾ, ਬਟ ਇਹ ਉਹਨਾਂ ਇਹ ਲੋਕ ਉਸ ਤੀਰਥ ਦੀ ਆੜ ਲੈ ਕੇ ਆਪਦੀ ਬਦਮਾਸ਼ੀ ਕਰਦੇ ਆ, ਬਟ ਨਹੀਂ ਉਹ ਰੱਬ ਨੂੰ ਜਾਣਦੇ ਨਹੀਂ, ਇਹਨਾਂ ਲੋਕਾਂ ਨੂੰ ਮੈਂ ਕੋਈ ਹਿਸਾਬ ਕਿਤਾਬ ਨਹੀਂ ਦੇਣ ਵਾਲਾ। ਇਸ ਕਰਕੇ ਮੈਂ ਹੁਣ ਦੀ ਆਪਣੇ ਬੰਦੇ ਨਾਲ ਲੈ ਕੇ ਜਾਓ ਯਾਰ, ਵੇਖੋ ਮੈਂ ਬੰਦੇ ਖੜਨੇ ਆ, ਮੇਰੀ ਸਿੱਧੀ ਜੀ ਗੱਲ, ਮੈਂ ਬੰਦੇ ਵੀ ਲੈ ਕੇ ਜਾਣੇ, ਮੇਰੀ ਵੀ ਮੰਜੀ ਠੁੱਕਣੀ, ਕਿਉਂਕਿ ਪੈਸੇ ਮੰਗਦਾ। ਮਾਨ ਸਾਹਿਬ ਨੇ CM ਸਾਹਿਬ ਨੇ ਇੱਕ ਗੱਲ ਕਹੀ ਆ ਕਿ ਜਿਹੜਾ ਬੰਦਾ ਕਰਪਸ਼ਨ ਕਰਦਾ ਕਾਬੂ ਆ ਗਿਆ, ਮੈਂ ਨਹੀਂ ਬਚਾ। ਇਹ ਸ਼ਰਿਆਮ ਜਿਹਾ ਟੁੱਟੀ ਜਾਂਦਾ, ਆ ਗੁੱਜਰਪੁਰਾ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ, ਗੁੱਜਰਪੁਰੇ ਦਾ ਇਕੱਲੇ ਇਕੱਲੇ ਘਰ ਮੇਰਾ ਸਵੇਰੇ ਚੱਲ ਜਾਓ 10 ਵਜੇ, ਮੈਂ ਚੱਲਾਂਗਾ। ਹਰ ਬੰਦਾ ਚੀਕਦਾ ਕਿ ਚਿੱਟੇ ਦਾ ਬਹੁਤ ਜ਼ਿਆਦਾ ਇੱਥੇ ਵਿਰੋਧ ਆ, ਇਹਦੇ ਬੂਹੇ ਲੱਗੇ ਹੋਏ ਥਾਣੇ ਦੇ, ਕੀ ਗੱਲ ਕਿਉਂ ਨਹੀਂ ਨਸ਼ੇ ਬੰਦ ਕਰਦਾ ਜੀ ਇਹ ਬੰਦਾ, ਇਹ ਆਪਦੀ ਬਦਮਾਸ਼ੀ ਚਮਕਾਉਂਦਾ। ਮੈਂ ਸਰਕਾਰ ਦੇ ਵੀ ਧਿਆਨ ਚ ਲਿਆਵਾਂਗਾ ਗੱਲ, ਬਟ ਵੇਖੋ ਇੱਕ ਮੈਨੂੰ 9:30 ਫੋਨ ਆਉਂਦਾ, ਮੈਂ 2 ਘੰਟੇ ਮੱਥਾ ਮਾਰਿਆ ਸਾਰੇ ਸੀਨੀਅਰ ਅਫਸਰਾਂ ਨਾਲ, ਔਰ ਇਹ ਨਿੱਤ ਦਾ ਹੀ ਕੰਮ ਬਣ ਗਿਆ ਯਾਰ ਲੋਕਾਂ ਨਾਲ ਨਜਾਇਜ਼ ਨਜਾਇਜ਼। ਕੱਲ ਨੂੰ ਅਸੀਂ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਣੀਆਂ ਬਈ? ਜਾਇਜ਼ ਹੋਵੇ ਤੁਸੀਂ ਕਰ ਦਿਓ, ਅਸੀਂ ਨਹੀਂ ਮੰਨਣਾ, ਅਸੀਂ ਨਹੀਂ ਕਰਾਂਗੇ ਤੁਹਾਨੂੰ। ਪਰ ਯਾਰ ਇੱਕ ਪਟਾਕੇ ਵਿੱਚ ਇਹ ਵੀ ਗੁਨਾਹ ਹੋ ਗਿਆ ਯਾਰ, ਆਪਦੀ ਕਿਰਤ ਕਰਨੀ ਵੀ ਗੁਨਾਹ ਹੋ ਗਈ ਆ। ਇਸ ਬੰਦੇ ਨੇ ਤਾਂ ਕਮਾਲ ਕਰਕੇ ਰੱਖਤੀ SHO ਨੇ, ਜੇ ਉਹ 10,000 ਦੇ ਦਿੰਦੇ ਫੇਰ ਠੀਕ ਸੀਗਾ, 10,000 ਨਹੀਂ ਦਿੱਤਾ ਤੇ ਚੁੱਕ ਕੇ ਉਹਨੂੰ ਲੈ ਗਿਆ ਵਲਾ ਚ ਦੇਤਾ। ਬਲਬੀਰ ਜੀ ਗੱਲ ਉਹ ਹੀ ਆ, ਮੈਂ ਤੇ ਘਰ ਲੰਮੇ ਪਿਆ ਸੀਗਾ, ਮੈਂ ਤੇ ਆਮ ਪਬਲੀ ਦਾ ਕੀ ਹਾਲ ਹੁੰਦਾ ਉਹ, ਚਲੋ ਬੜਾ ਕੁਝ ਹੋ ਗਿਆ ਜੀ, ਕੋਈ ਨਹੀਂ ਬਦਲਾਵੀ ਬਾਕੀ ਦੇ, ਬਾਕੀ ਜਿਹੜੇ ਘਰ ਦੇ ਵਿੱਚ ਬੁਲਾ ਕੇ ਤਿਆਰ ਕਰਦੇ ਪਏ ਨੇ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਆ ਜੀ। ਮੈਂ ਤੈਨੂੰ ਕਿਹਾ ਹੁਣ ਅੰਦਰ ਵੜ ਗਿਆ ਥਾਣੇ, ਮੈਂ ਚਲਾ ਚਲੀਏ ਉਹਦੇ ਆਂਢ ਗੁਆਂਢ ਚੱਲਦੇ, ਜੇ ਨਾ ਨਿਕਲਣਗੇ ਪਟਾਕੇ ਤੇ ਤਲਬੀਰ ਸਿੰਘ ਪੋਲਿਟਿਕਸ ਛੱਡ ਦੇਗਾ, ਅੰਦਰ ਵੜ ਗਿਆ ਭੱਜ ਕੇ ਜਾ ਕੇ ਬਦਮਾਸ਼ੀ ਕਰਦਾ SHO। ਮੈਂ ਇੱਥੇ ਬੈਠਾ, ਮੈਂ ਇੱਥੇ ਭਾਵਾ ਸੌਂ ਜਾਣਾ, ਮੈਂ ਸਵੇਰੇ ਜਿੰਨਾ ਚਿਰ ਇੱਥੇ ਮੇਰਾ ਕੋਈ ਸੀਨੀਅਰ ਅਫਸਰ ਆ ਕੇ ਗੱਲ ਨਹੀਂ ਕਰਦੇ, ਨਹੀਂ ਜਾਂ ਮੇਰੇ ਤੇ ਪਰਚਾ ਦੇ ਦੇਣ ਜੇ ਮੈਂ ਗਲਤ ਆ, ਇਹਨਾਂ ਸਾਡੇ ਸਾਰਿਆਂ ਦੇ ਪਰਚਾ ਦੇ ਦੇਣ, ਤੇ ਜਾਂ ਇਹ ਗਲਤ ਹੈ ਤੈਨੂੰ ਬਦਲਣਾ ਇਥੋਂ, ਠੀਕ ਹੈ, ਇਹ ਥੋੜਾ ਕਿ 10-10 ਘਰ ਦੀ ਆ। ਇਹ ਸੀ ਡਿਵੀਜ਼ਨ ਦੀ ਪੁਲਿਸ 7 ਨੰਬਰ ਗਲੀ ਗੁਰੂ ਨਾਨਕ ਕਲੋਨੀ ਦੇ ਵਿੱਚ ਰੇਡ ਕਰਕੇ, ਉੱਥੇ ਕੋਈ ਪਟਾਕਿਆਂ ਦਾ ਕਾਰੋਬਾਰ ਕਰਦਾ ਸੀ ਮੁੰਡਾ,
ਉਹਨੂੰ ਤੇ ਉਹਦੇ ਆਂਢ ਗੁਆਂਢ ਜਿਹੜੇ ਕੋਈ ਸੱਜਣ ਮਿੱਤਰ ਉੱਥੇ ਖੜੇ ਸੀ ਉਸ ਟਾਈਮ ਉਹਨਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ। ਜਦੋਂ ਕਿ ਸ਼ਰੇਆਮ ਇੱਥੇ ਚਿੱਟੇ ਦਾ ਚਿੱਟਾ ਵਿਖਦਾ ਹੈ, ਇੱਥੇ ਗੋਲੀਆਂ ਕੈਪਸੂਲ ਨਸ਼ਾ ਸ਼ਰੇਆਮ ਮੈਡੀਕਲ ਸਟੋਰਾਂ ਤੇ ਵਿਖਦਾ, ਉਹਨਾਂ ਕੋਲੋਂ ਪੁਲਿਸ ਮਹੀਨਾ ਲੈਂਦੀ ਹੈ, ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ। ਨਸ਼ੇ ਤੋਂ ਲੋਕ ਇੰਨੇ ਪਰੇਸ਼ਾਨ ਨੇ, ਪਰ ਜਿਹੜਾ ਬੰਦਾ ਆਪਣੀ ਰੋਟੀ ਰੋਜੀ ਦਾ ਕੰਮ ਕਰਦਾ ਹੈ, ਕੋਈ ਮਿਹਨਤ ਕਰਦਾ ਹੈ, ਉਹਨਾਂ ਦੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਨੇ। ਸਾਰਾ ਕੁਝ ਪੁਲਿਸ ਦੀ ਨਲਾਇਕੀ ਜਿਹੜੀ ਹੈ ਉਹ ਇਸ ਗੱਲ ਨੂੰ ਸਾਬਤ ਕਰਦੀ ਹੈ। ਕਿੰਨੇ ਟੋਟਲ ਬੰਦੇ ਲੈ ਕੇ ਆਏ? ਤਿੰਨ ਬੰਦੇ ਸ਼ਾਇਦ ਲੈ ਕੇ ਆਏ ਨੇ ਉਹਨਾਂ ਦੇ ਘਰੇ ਜਾ ਕੇ ਰੀਡ ਮਾਰੀ। ਹਾਂਜੀ, ਉਹਨਾਂ ਦੇ ਘਰੇ ਜਾ ਕੇ। ਕਿੰਨਾ ਕੁ ਸਮਾਨ ਲੈ ਕੇ ਆਏ ਉਹਨਾਂ ਦੇ? ਸਮਾਨ ਦਾ ਤੇ ਕੋਈ ਪਤਾ ਨਹੀਂ ਜੀ, ਸਮਾਨ ਤੇ ਅਜੇ ਤੱਕ ਇੱਥੇ ਕੁਝ ਨਹੀਂ ਹੈਗਾ, ਤੇ ਬੰਦੇ ਲੈ ਕੇ ਆਏ ਨੇ। ਨੌਜਵਾਨ ਪੁੱਤ ਮਾਰ ਰਹੇ ਨੇ ਉਹਦੇ ਤੇ ਕੰਟਰੋਲ ਕਰਨਾ ਚਾਹੀਦਾ, ਨਾ ਕਿ ਸਾਨੂੰ ਲੱਗਦਾ ਵੀ ਇਹ ਤੇ ਰੋਜੀ ਰੋਟੀ 5-10 ਦਿਨ ਦਾ ਫੈਸਟੀਵਲ ਹੈ, ਲੋਕ ਆਪਣਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਬਾਲਦੇ ਨੇ। ਸਾਲ ਦੇ ਵਿੱਚ ਇੱਕ ਪ੍ਰੋਗਰਾਮ ਆਉਣਾ, ਇਹ ਜਿਹੜੇ ਬੰਦੇ ਇਸ ਕਿੱਤੇ ਨਾਲ ਜੁੜੇ ਨੇ ਉਹ ਆਪਣਾ ਮੰਗ ਇਹ ਕਰਦੇ ਕਿ ਇਹ ਬੰਦੇ ਰਿਲੀਜ਼ ਕੀਤੇ ਜਾਣੇ ਚਾਹੀਦੇ ਨੇ, ਜਿਨ੍ਹਾਂ ਤੇ ਕਾਰਵਾਈ ਕਰਨੀ ਚਾਹੀਦੀ ਉਹਨਾਂ ਤੇ ਨਾ ਕਾਰਵਾਈ ਕਰਕੇ ਤੇ ਜਿਹੜੇ ਬੰਦੇ ਨਜਾਇਜ਼ ਨੇ ਉਹਨਾਂ ਤੇ ਕਾਰਵਾਈ ਕਰਦੇ ਬਈ। SHO ਸਸਪੈਂਡ ਕਰਨਾ ਚਾਹੀਦਾ, ਇਹੋ ਜਿਹਾ SHO ਪਾਈ 10-10 ਹਜ਼ਾਰ ਦੀ ਰਿਸ਼ਵਤ ਲੈ ਕੇ ਸ਼ਰੇਆਮ ਮੈਡੀਕਲ ਸਟੋਰਾਂ ਦੇ ਨਜ਼ਾਰੇ ਵਿਖਦਾ ਪਿਆ, ਸ਼ਰੇਆਮ ਸਮੈਕ ਵਿਖਦੀ ਪਈ। ਇਹ ਸਾਰੇ ਕੰਮ ਜਿਹੜੇ ਨੇ ਗਲਤ ਹੋ ਰਹੇ ਨੇ ਸਾਰੇ ਇਸ ਇਲਾਕੇ ਦੇ ਵਿੱਚ। ਜਿੰਨਾ ਸਾਡਾ, ਮੈਂ ਵੀ ਇਸ ਇਲਾਕੇ ਦਾ ਰਹਿਣ ਵਾਲਾ, ਇਸੇ ਥਾਣੇ ਦੇ ਅੰਦਰ ਆਉਣਾ, ਪਰ ਇਸ ਇਲਾਕੇ ਦੇ ਵਿੱਚ ਜਿੰਨੇ ਗੈਰ ਕਾਨੂੰਨੀ ਕੰਮ ਹੁੰਦੇ ਨੇ ਸਾਰੇ ਸ਼ਹਿਰ 'ਚ ਨਹੀਂ ਹੁੰਦੇ, ਮਹਾਰਾਜਾ ਅਗਰਸੇਨ ਜਯੰਤੀ ਸਮਾਰੋਹ ਅਗਰਵਾਲ ਸਭਾ ਫਰੈਂਡਸ ਕਲੋਨੀ ਰੈਡੀਸਨ ਐਕਸਟੈਂਸ਼ਨ ਐਂਡ ਰਾਇਲ ਇਨਕਲੇਵ ਜਲੰਧਰ ਦੁਆਰਾ ਬੜੀ ਹੀ ਸ਼ਰਧਾ ਭਾਵ ਸੇ ਮਨਾਇਆ ਗਿਆ, ਜਿਸ ਵਿੱਚ ਅਗਰਵਾਲ ਬੰਧੂ ਸੰਗੀਤ ਗਰੁੱਪ ਦੁਆਰਾ ਸ਼੍ਰੀ ਹਰੀ ਨਾਮ ਸੰਕੀਰਤਨ ਕੀਤਾ ਗਿਆ। ਇਸ ਮੌਕੇ ਪਰ ਪੂਰਵ ਕੈਬਨਿਟ ਮੰਤਰੀ ਏਵੰ ਵਿਸ਼ਵ ਸਨਾਤਨ ਧਰਮ ਸਭਾ ਕੇ ਪ੍ਰਧਾਨ ਅਸ਼ਵਨੀ ਸੇਖੜੀ ਮੁੱਖ ਅਤਿਥੀ ਕੇ ਰੂਪ ਮੇ, ਜਬਕਿ ਰਾਸ਼ਟਰੀ ਅਧਿਕਸ਼ ਬੁੱਧੀਸ਼ ਅਗਰਵਾਲ ਵਿਸ਼ੇਸ਼ ਰੂਪ ਸੇ ਸ਼ਾਮਿਲ ਹੋਈ। ਇਹ ਕਾਰਜਕ੍ਰਮ ਮੰਦਿਰ ਪ੍ਰਧਾਨ ਮਹੇਸ਼ ਗੁਪਤਾ ਕੀ ਦੇਖ ਰੇਖ ਮੇ ਹੁਆ। ਇਸ ਦੌਰਾਨ ਆਏ ਹੋਏ ਗਣਮਾਨਿਆ ਵਿਅਕਤੀਓ ਕੋ ਵਿਸ਼ੇਸ਼ ਰੂਪ ਸੇ ਸਨਮਾਨਿਤ ਕੀਤਾ ਗਿਆ। ਅੰਤ ਮੇ ਆਰਤੀ ਕੇ ਉਪਰੰਤ ਭਵਯ ਭੰਡਾਰੇ ਕਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਪਰ ਵਿਨੋਦ ਅਗਰਵਾਲ, ਸੁਭਾਸ਼ ਚੰਦਰ ਅਗਰਵਾਲ, ਦਰਸ਼ਨ ਗੁਪਤਾ, ਅਸ਼ਵਨੀ ਸਿੰਗਲਾ, ਰਾਕੇਸ਼ ਅਰੋੜਾ, ਗਿਰੀਸ਼ ਗੁਪਤਾ, ਅਨਿਲ ਅਗਰਵਾਲ, ਪ੍ਰੋਫੈਸਰ ਪੀ ਕੇ ਬੰਸਲ, ਅਰਜੁਨ ਬਾਂਸਲ ਸਹਿਤ ਅਨਿਯ ਸਦੱਸਿਗਣ ਵੀ ਉਪਸਥਿਤ ਰਹੇ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਜਤਿਨ ਰਾਜਪੂਤ ਕੀ ਰਿਪੋਰਟ। ਬਹੁਤ ਹੀ ਸਤਿਕਾਰਯੋਗ ਹਮਾਰੇ ਬੜੇ ਭਾਈ ਅਸ਼ਵਨੀ ਸੇਖੜੀ ਜੀ, ਪੂਰਵ ਕੈਬਨਿਟ ਮੰਤਰੀ ਪੰਜਾਬ। ਇਹ ਪਿਛਲੇ 35 ਸਾਲ ਸੇ ਸੇਵਾ ਕਰ ਰਹੇ ਹਨ। 5 ਵਾਰ MLA ਬਣ ਚੁੱਕੇ ਹਨ, 2 ਵਾਰ ਮਿਨਿਸਟਰ ਬਣ ਚੁੱਕੇ ਹਨ, ਲੇਕਿਨ ਅਬ ਇਨਕੇ ਉੱਪਰ ਠਾਕੁਰ ਜੀ ਨੇ ਕਿਰਪਾ ਕੀ ਹੈ, ਸਮਾਜ ਕੋ ਇਕੱਠਾ ਕਰਨੀ, ਉਸਮੇ ਵਿਸ਼ਵ ਸਨਾਤਨ ਧਰਮ ਸਭਾ ਇੱਕ ਬਣਾਈ ਗਈ ਹੈ, ਜਿਸਮੇ ਸਭੀ ਧਰਮੋ ਕੋ, ਜੈਸੇ ਸੇਖੜੀ ਸਾਹਿਬ ਨੇ ਬਤਾਇਆ ਕਿ ਸਭ ਕੋ ਸਾਥ ਲੈ ਕੇ ਚੱਲਨੇ ਕਾ ਵੀਜ਼ਾ ਹੈ, ਔਰ ਇਹ ਨੋਨ ਪੋਲੀਟੀਕਲ ਹੈ। ਇਸ ਵਿੱਚ ਕਿਆ ਹੋਗਾ ਕਿ ਜੋ ਮਿਡਲ ਕਲਾਸ ਹੈ, ਜੋ ਹਮ ਜੈਸੇ ਲੋਕ ਹੈ, ਉਨਕੀ ਆਵਾਜ਼ ਉਠਾਨੇ ਵਾਲਾ ਕੋਈ ਨਹੀਂ, ਤੋ ਉਸਕਾ ਝੰਡਾ ਸੇਖੜੀ ਸਾਹਿਬ ਨੇ ਚਲਾਇਆ ਹੈ। ਤੋ ਮੈਂ ਕਹੂੰਗਾ ਇੱਕ ਵਾਰ ਜ਼ੋਰਦਾਰ ਤਾੜੀਆਂ ਲਾਓ ਤਾਂ ਕਿ ਸੇਖੜੀ ਸਾਹਿਬ ਹਮਾਰੀ ਆਵਾਜ਼ ਕੋ ਲੈ ਕੇ ਦਿੱਲੀ ਜਾਏ, ਵਹਾਂ ਸੇ ਹਮਾਰੇ ਲਈ, ਸਮਾਜ ਕੇ ਲਈ, ਹਮਾਰੇ ਬੱਚੋਂ ਕੇ ਆਉਣੇ ਵਾਲੇ ਭਵਿਸ਼ਯ ਕੇ ਲਈ ਕੁਛ ਨਾ ਕੁਛ ਕਰ ਪਾਏ। ਸ਼ਕਤੀ ਮਿਲੇਗੀ, ਸ਼ਕਤੀ ਕਿਆ ਹੈ, ਹਮ ਲੋਕੋ ਕਾ ਸਾਥ, ਅਗਰ ਹਮ ਲੋਕ ਸਾਥ ਦੇਂਗੇ, ਪਰਸਨਲ ਸਵਾਰਥ ਨਹੀਂ ਹੈ। 5 ਵਾਰ MLA ਬਣ ਚੁੱਕੇ ਹੈ, 2 ਵਾਰ ਮਿਨਿਸਟਰ ਬਣ ਚੁੱਕੇ ਹੈ, ਸਵਾਰਥ ਸਾਰੇ ਖਤਮ ਹੋ ਗਏ ਹਨ, ਅਬ ਸੇਵਾ ਭਾਵ ਸੇ ਸ਼ੁਰੂ ਹੋ ਰਹੇ ਹੈ, ਤੋ ਹਮ ਵੀ ਤਭੀ ਇਨਕੇ ਸਾਥ ਲਗੇ ਹੈ। ਬੁਦੀਸ਼ ਜੀ ਹਮਾਰੇ ਵਿਸ਼ੇਸ਼ ਟੁਕਾ ਦੇ ਅਕਸ਼ ਹੈ, ਔਰ ਅੰਜਨ ਜੀ ਆਏ ਹੈ, ਬਟਾਲਾ ਸੇ ਆਏ ਹੈ, ਅਨਿਲ ਜੀ ਆਏ ਹੈ, ਕਪੂਰਥਲਾ ਸੇ ਆਏ ਹੈ, ਹਮਾਰੇ ਰੋਟਰੀ ਕਲੱਬ ਕੇ ਜੈਸਵਾਲ ਜੀ, ਆਰਿਆ ਮਿੱਤਲ ਜੀ,
कोमल जी सभी रोटरी क्लब के सदस्य भी आए हैं, फ्रेंड कॉलोनी से सभी फ्रेंड कॉलोनी से सुभाष जी ने बहुत ही सुंदर भजन आपको सुनाए, इनके लिए जरा जोरदार ताड़ियां। और फ्रेंड कॉलोनी और साथ लगे रेडिशन के और अदर कॉलोनीज का आए हुए सभी महानुभावों का तय दिल से आभार प्रकट करते हैं। हमारे वरिष्ठ पी के बंसल जी जो कि अग्रवाल समाज में बहुत सेवाएं निभा चुके हैं, अगर बोधी मार्ग में पूरे पंजाब में उन्होंने रथ यात्रा निकाली थी, इनके लिए जरा जोरदार ताड़ियां। तो समय के अभाव को देखते हुए बंदा बहुत है, इसलिए हम इसको ठाकुर जी की लीला है क्योंकि वापस भी जाना है सबने, तो हमारे सेक्रेटरी साहब थोड़ा लेट हो गए थे। तो मैं यही कहूंगा कि आप सब भी मन में प्रण लें, अपना टाइम निकल गया है, अगर सच में अपने बच्चों का भविष्य बनाना चाहते हो तो जरूर सनातन के प्रति बोलिए, सनातन धर्म की जय, सनातन धर्म की जय, सनातन धर्म की जय, सनातन धर्म का झंडा उठाओ। ये नॉन पॉलिटिकल है, इसमें किसी का कोई स्वार्थ नहीं है, मैं बार बार रिपीट कर रहा हूँ ताकि जैसे सुभाष जी ने बताया कि ये इंसिडेंट हो गया, ये घर घर का इंसिडेंट है, हर बोर्ड में इंसिडेंट हो रहे हैं, मगर क्या होता है कि जिसके ऊपर बीतती है वो उस समय पता लगता है कि पड़ोसी के घर में। भार्गव नगर दशहरा कमेटी जालंधर की ओर से सरकारी स्कूल भार्गव कैंप में विजयदशमी के पर्व बड़ी ही धूमधाम से मनाया गया। इस दौरान भगवान राम और रावण के बीच युद्ध का मंचन किया गया, जिसके बाद रावण कुंभकर्ण और मेघनाथ के पुतलों का दहन किया गया। इस अवसर पर विधायक महेंद्र भगत और शोभा भगत ने विशेष रूप से उपस्थित होकर पुतलों को अग्नि भेंट किया। इस मौके पर कमेटी सदस्य रूबी लखो, धोनी उत्तम, पवन उत्तम, अभी उत्तम, रोहित पाहवा, गौरव पाहवा, हैप्पी पाहवा सहित असंख्य लोग भी उपस्थित रहे। जालंधर से हलचल के लिए कैमरामैन रजनीश शर्मा की रिपोर्ट। जो रावण से हर साल पुतला जाते हैं, क्योंकि सारे जानते हैं कि भगवान राम की अयोध्या जाकर उन्होंने जो रावण की सोने की लंका उन्होंने ऊपर विजय हासिल की थी, कोई आदमी अज के पावन दिहाड़े से सारे ही भार्गव कैंप मैं दिल से शुक्रगुजार हाँ जिन्होंने बहुत बहुत साथ सारे इस दिन की बहुत बहुत लख लख बधाई देना। आशा करता कि भार्गव कैंप वाले इदा ही मेरा साथ देते रहेंगे, अगले साल भी इस तरह ही धूमधाम के दशहरा मनाते रहेंगे। जय श्री राम, जय श्री राम। बाकी दशहरा कमेटी का तय दिल धन्यवाद करता जिन्होंने प्रोग्राम कराया, सारे भारत नगर निवासियों का तय दिल धन्यवाद करता, अपना मैया लिया, बाकी सारे भैन भरावान जीवन करना सारे का धन्यवाद। सिद्ध शक्तिपीठ श्री देवी तालाब मंदिर में प्रजापिता ब्रह्म कुमारी ईश्वरी विश्वविद्यालय की ओर से एक प्रदर्शनी का आयोजन किया गया, जिसमें सुखदेव भाई, जनकराज भाई, सुरेंद्र भाई ने कहा कि वर्तमान समय में चारों ओर अत्याचार, भ्रष्टाचार, असत्य, अहिंसा और अश्लीलता का बोलबाला है, धर्म अपनी चरम सीमा पर है और पाप का खड़ा भर चुका है। हर मनुष्य दुखी और अशांत है, जब ये धर्म बढ़ता है तो परमात्मा को इस धरती पर आना ही पड़ता है, इसलिए परमात्मा आ चुके हैं। इस अवसर पर सुनीता बहन, रूप कुमार, अजीत भाई, जगजीत भाई, सागर भाई, राम कुमार, नीता माता सहित सभी सदस्यगण उपस्थित रहे। जालंधर से हलचल के लिए कैमरामैन सुदेश भगत की रिपोर्ट। प्रजापिता ब्रह्मा कुमारी ईश्वरीय विश्वविद्यालय 407 आदर्श नगर की तरफ से यहाँ हर इतवार को प्रदर्शनी लगाई जाती है। ये प्रदर्शनी का मकसद है कि जो लोग टेंशन और डिप्रेशन में हैं उनको ठीक करने के लिए, और हर तीसरे व्यक्ति का आंतरिक शक्ति कमज़ोर हो चुकी है, इसलिए ये प्रदर्शनी लगाई जाती है। तो जो जो भाई बहनों ने आके ज्ञान लेना है वो अपने अपने सेंटरों में पहुँचें। ओम शांति। सिद्ध शक्तिपीठ श्री देवी तालाब मंदिर के पावन दरबार में साप्ताहिक भजन संध्या का आयोजन किया गया, जिसमें भजन गायक कुमार विश्वास एम पार्टी ने गणेश वंदना को गाकर इस भजन संध्या की शुरुआत की, जिसके बाद भजन गायक ने
माँ की सुंदर भेंटों का गुणगान कर उपस्थित भक्तों को झूमने पर विवश कर दिए। इस मौके पर श्री देवी तुला मंदिर प्रबंधक कमेटी के कोषाध्यक्ष पविंदर बहल, अवतार कपी साधुराम कालिया, सेवादार मास्टर हरिचंद, शिव सहगल, कपिल सहगल ने गायक कुमार विश्वास एंड पार्टी को स्मृति चिन्ह देकर सम्मानित किया। जलंधर से हलचल के लिए कैमरामैन सुदेश भगत की रिपोर्ट। श्री देवी तला मंदिर के पावन प्रांगण में स्थित ट्रस्ट महाकाली मंदिर में साप्ताहिक भजन संध्या का आयोजन किया गया, जिसमें भजन गायक महंत मनोहर ग्रोवर एंड पार्टी जलंधर वालों ने गणेश वंदना को गाकर इस भजन संध्या की शुरुआत की। इस मौके पर मंदिर कमेटी के सदस्य योगेश्वर शर्मा, अशोक सोपती, नरेंद्र सहरपाल, चंदन मोहन डिंगरा ने भजन गायक महंत मनोहर ग्रोवर एंड पार्टी जलंधर वालों को माँ की चुनरी देकर सम्मानित किया। इस अवसर पर संजीव सहनी, सोहन लाल, किरण कुमार, राजेंद्र मदान, यशपाल, गोवर्धन गोधी, नरेंद्र शर्मा सहित असंख्य भक्तजन भी उपस्थित रहे। जलंधर से हलचल के लिए कैमरामैन सुदेश भगत की रिपोर्ट। जय गणेश देवा हर चढ़े फूल चढ़े और चढ़े मेवा
उसकी सवारी जय गणेश निर्धन को माया जय गणेश देवा जय गणेश देवा। अरविंदर कौर अपनी संसारिक यात्रा पूर्ण कर वाहेगुरु जी के चरणों में जा विराजी हैं। उनकी आत्मिक शांति हेतु अंतिम अरदास का आयोजन गुरुद्वारा सिंह सभा मॉडल टाउन जालंधर में किया गया। इस दौरान रागी सिंगों ने वैराग में कीर्तन कर स्वर्गीय अरविंदर कौर की आत्मिक शांति हेतु अरदास की। इस मौके पर डॉक्टर नवजोत धिया, पूर्व विधायक सुरेंद्र चौधरी, होम सेक्रेटरी गुरकीरत कृपाल सिंह, पूर्व विधायक जगबीर बराड़, पूर्व DCP राजेंद्र सिंह, पूर्व गृह मंत्री भूपिंदर सिंह लाली, पूर्व विधायक जलंधर कंट सरबजीत सिंह मुक्कड़, SSP ग्रामीण हरकमलप्रीत सिंह खक, पूर्व विधायक राजेंद्र बेरी, विधायक राणा गुरजीत सिंह सोढी, गुरुद्वारा बाबा दीप सिंह जी अमृतसर के हेड ग्रंथी ज्ञानी सुरजीत सिंह, रिटायर्ड जनरल तजिंदर सिंह शेरगढ़, गुरुद्वारा श्री हट साहिब सुल्तानपुर लोधी के हेड ग्रंथी भाई रणजोत सिंह और पारिवारिक सदस्यों में पति कैप्टन हरमिंदर सिंह, करमवीर सिंह, रीति सिंह, विक्रमवीर सिंह, जानवी सिंह, सुमेरवीर सिंह, रणवीर सिंह और राजवीर सिंह सहित शहर के राजनीतिक, धार्मिक तथा सामाजिक वर्ग से जुड़े लोगों ने पहुंचकर स्वर्गीय अरविंदर कौर को श्रद्धा सुमन अर्पित किए। Yeah.
इस परिवार वालों थोड़े सारियां नूं बहुत बहुत धन्यवाद करना, क्योंकि तुसी दूर दूर आए हो और अपनी प्यारी इंदू जी दे उन्हां दे बारे तुसी काफ़ी कुछ सुन लिया है और उन्हां लई आपां इत्थे सारे इकट्ठे होए हैं। यह जो परिवार हैगा इस टाइम से हर एक दिल से जिमें कि बर्फ की सिली दिलों से बैठी हुई है, थोड़े आम जी सिली हैगी अद्धा वह जो पहाड़ है वह लग गया है। और मैं यकीन करना कि जिमें समय गुजरता है और यह जो परिवार हैगा ये इंदू जी का प्यार जोड़ा सगा वह सोचेंगे कि यह जोड़ी पहाड़ी सिली हैगी है यह हौली हौली निकल जाएगी। इंदू जी उन्होंने बड़ा वाला दिल से खुला घर रखते थे, कई उन्होंने को आते थे, कई दस के कई ना दस के, पर लंगर खुला होता सीगा। उन्हों का ध्यान सारा अपने परिवार पर सीगा ते बरादरी पर सीगा। और अब अंत में हलचल की गतिविधियों पर एक नज़र फिर से। जीरा के गांव बैग पछाड़िया में एक सब्जी विक्रेता का दिन दिहाड़ी हुआ कत्ल, पुलिस जांच में जुटी। महाराष्ट्र के बांद्रा में हुई बाबा सिद्दीकी की कत्लकांड के तार जुड़े जालंधर के नजदीकी गांव शंकर से। शंकर निवासी जिशान अख्तर ने हमलावरों को दी थी पना। पंचायती चुनावों को लेकर अमृतसर जिला प्रशासन ने किए पुख्ता प्रबंध, ड्यूटी अधिकारियों को जरूरी सामग्री देकर मतदान केंद्रों की तरफ किया रवाना। इसके साथ ही अब तक की गतिविधियां समाप्त होते हैं और ताजा जानकारी के लिए देखते रहिए।